ਬੇਸ਼ੱਕ ਸਾਡੇ ਕੋਈ ਪ੍ਰੋਗਰਾਮ ਨਾ ਕਰਾਵੇ, ਅਸੀਂ ਨਹੀਂ ਕਹਿੰਦੇ ਵੀ ਅਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹਾਂ, ਵੀ ਸਾਡੇ ਪ੍ਰੋਗਰਾਮ ਕਰਾਓ। ਛੱਡ ਜਾਣਾ ਹੈ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ। ਅਸੀਂ ਗਾਇਕੀ ਨੂੰ, ਅਸੀਂ ਸੰਗੀਤ ਨੂੰ ਹੈ ਨਾ, ਕੋਈ ਆਪਦਾ, ਕਈ ਬੰਦੇ ਕਹਿ ਦਿੰਦੇ ਆ ਨਾ ਵੀ ਇਹ ਸਾਡੀ ਰੋਜ਼ੀ ਰੋਟੀ ਹੈ, ਅਸੀਂ ਤਾਂ ਇਬਾਦਤ ਵਾਸਤੇ ਗਾਉਂਦੇ ਹਾਂ, ਰੋਜ਼ੀ ਰੋਟੀ ਵਾਸਤੇ ਅਸੀਂ ਹੋਰ ਕੰਮ ਕਰਦੇ ਹਾਂ, ਇਹ ਇਕੱਲਾ ਸਾਡਾ ਗਾਇਕੀ ਵਾਲਾ ਕੰਮ ਨਹੀਂ ਹੈ। ਉਨਕੋ ਕਾਮਯਾਬੀ ਮੇਂ ਸਕੂਨ ਦਿਖਾ ਤੋ ਵੋ ਦੌੜਤੇ ਗਏ, ਹਮੇਂ ਸਕੂਨ ਮੇਂ ਕਾਮਯਾਬੀ ਦਿਖੀ ਤੋ ਹਮ ਠਹਿਰ ਗਏ। ਤੁਹਾਡੇ ਦੋਨਾਂ ਦਾ ਪਹਿਰਾਵਾ, ਤੁਹਾਡੇ ਦੋਨਾਂ ਦੀ ਗੀਤਕਾਰੀ, ਪੇਸ਼ਕਾਰੀ, ਅਸਲ 'ਚ ਸੋਚ, ਉਹ ਕਦੇ ਨਹੀਂ ਬਦਲੀ। ਇਹ ਦੁਨੀਆ ਵੀ ਮਾਇਆ ਜਾਲ ਇੱਦਾਂ ਦਾ ਹੈ, ਕਿਹੜੇ ਬੰਦੇ 'ਤੇ ਇਹ ਦੁਨੀਆ ਦਾ ਰੰਗ, ਇਹ ਮਾਇਆ ਦਾ ਰੰਗ ਕਦੋਂ ਚੜ ਜੇ, ਕਦੋਂ ਬੰਦਾ ਚੇਂਜ ਹੋ ਜੇ, ਹੈ ਨਾ, ਇਹ ਅਕਾਲ ਪੁਰਖ ਹੀ ਜਾਣਦਾ। ਵੈਸੇ ਅਸੀਂ ਆਪਣੇ ਆਪ ਨੂੰ ਕਲਾਕਾਰ ਸਮਝਦੇ ਨਹੀਂ, ਅਸੀਂ ਤਾਂ ਆਉਂਦੇ ਹਾਂ, ਚਾਚੇ ਹਾਂ, ਕਿਤੇ ਤਾਏ ਹਾਂ, ਕਿਤੇ ਭਤੀਜੇ ਹਾਂ, ਕਿਤੇ ਬੱਚੇ ਹਾਂ, ਹੈ ਨਾ, ਤਾਂ ਲੋਕ ਸਾਰੇ ਬਹੁਤ ਪਿਆਰ ਕਰਦੇ ਆ। ਸਾਡੇ ਤੋਂ ਨਾਰਾਜ਼ ਵੀ ਹੁੰਦਾ, ਕਈ ਕਹਿੰਦੇ ਵੀ ਅਸੀਂ ਪ੍ਰੋਗਰਾਮ ਨਹੀਂ ਕਰਾਉਂਦੇ, ਨਹੀਂ ਬੁਲਾਉਂਦੇ, ਸਾਨੂੰ ਕੋਈ ਬੁਲਾਵੇ ਤਾਂ ਵੀ ਵਧੀਆ, ਨਾ ਬੁਲਾਵੇ ਤਾਂ ਵੀ ਵਧੀਆ, ਕੋਈ ਟੈਨਸ਼ਨ ਨਹੀਂ, ਕੋਈ ਚੱਕਰ ਨਹੀਂ। ਅੱਜ ਦੀ ਮੁਲਾਕਾਤ ਸੂਫੀ ਕਲਾਕਾਰਾਂ ਦੇ ਨਾਲ ਹੋਏਗੀ, ਵਿਰੇਂਦਰ ਢਿੱਲੋਂ ਜੀ ਅਤੇ ਸ਼ਮਸ਼ੇਰ ਲਹਿਰੀ ਜੀ ਮੇਰੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਹਿਲ ਜੀ, ਤੁਹਾਡਾ ਵੀ ਅਤੇ ਨਿਊਜ਼ 18 ਵੇਖਣ ਵਾਲੇ ਸਾਰੇ ਦੋਸਤਾਂ ਦਾ, ਦਰਸ਼ਕਾਂ ਦਾ, ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ। ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਸਤਿਕਾਰ। ਹੋਰ ਠੀਕ ਹੋ ਬਾਈ ਜੀ? ਵਧੀਆ, ਬਿਲਕੁਲ ਠੀਕ ਠਾਕ ਸਾਹਿਲ ਜੀ, ਠੀਕ ਠਾਕ। ਮੈਨੂੰ ਪਤਾ ਲੱਗਿਆ ਨਾ ਕਿ ਅੱਜ ਤੁਸੀਂ ਦੋਨੇ ਆ ਰਹੇ ਹੋ, ਮੈਂ ਕਿਹਾ ਯਾਰ ਵੀ ਆਈ ਥਿੰਕ ਅੱਜ ਸਵਾਦ ਆਏਗਾ, ਕਿਉਂਕਿ ਸੂਫੀ ਗਾਇਕਾਂ ਨੂੰ ਮਿਲਣ ਦਾ ਸਬੱਬ ਕਦੇ ਕਦੇ ਹੁੰਦਾ ਜੀ। ਬਸ ਇਹ ਸਭ ਮਾਲਕ ਦੀ ਲਿਖੀ ਹੋਈ ਸਕ੍ਰਿਪਟ ਹੈ, ਜਦੋਂ ਮਾਲਕ ਚਾਹੁੰਦਾ ਉਦੋਂ ਹੀ ਮੇਲ ਮਿਲਾਪ ਹੁੰਦਾ ਜੀ। ਹਾਂ, ਐਂਡ ਭਾਜੀ ਮੈਂ ਨਾ ਐਕਚੁਅਲ 'ਚ ਬੜੇ ਟਾਈਮ ਤੋਂ ਦੇਖ ਰਿਹਾ ਸੀਗਾ ਤੁਹਾਨੂੰ ਕਿ ਸੂਫੀ ਮਿਊਜ਼ਿਕ, ਤੁਸੀਂ ਨਾ ਹਮੇਸ਼ਾ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ ਨੇ ਆਪਣੇ ਗੀਤਾਂ 'ਚ, ਸੱਚ ਬਾਰੇ, ਝੂਠ ਬਾਰੇ, ਜ਼ਿੰਦਗੀ ਦੇ ਜਿਹੜੇ ਉਤਾਰ ਚੜਾਵ ਨੇ, ਜੋ ਬੰਦਾ ਐਕਚੁਅਲ 'ਚ ਮਹਿਸੂਸ ਕਰਦਾ ਜ਼ਿੰਦਗੀ ਕਿਹੜੇ ਰਾਹੇ ਨੂੰ ਤੁਰਦੀ ਹੈ, ਅਸਲ 'ਚ ਜ਼ਿੰਦਗੀ ਹੈ ਕੀ, ਤੁਸੀਂ ਆਪਣੇ ਗੀਤਾਂ 'ਚ ਬਿਆਨ ਅਕਸਰ ਕਰਦੇ ਹੋ, ਤੁਹਾਡੇ ਮੁਤਾਬਿਕ ਜ਼ਿੰਦਗੀ ਅਤੇ ਸੱਚ ਅਤੇ ਝੂਠ 'ਚ ਫਰਕ ਕੀ ਹੈ? ਦੇਖੋ, ਸੱਚ ਤਾਂ ਜਿੱਦਾਂ ਸਾਰੇ ਸਿਆਣੇ ਕਹਿੰਦੇ ਆ ਨਾ ਵੀ ਮਰਨਾ ਸੱਚ ਹੈ ਅਤੇ ਜੀਣਾ ਝੂਠ ਹੈ, ਹੈ ਨਾ, ਬਸ ਇਹੀ ਹੈ ਜ਼ਿੰਦਗੀ ਦਾ। ਆਪਾਂ ਇਹੀ ਚੀਜ਼ ਸੋਚਣੀ ਹੈ ਵੀ ਆਪਾਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ ਅਤੇ ਕਾਹਦੇ ਲਈ ਆਏ ਹਾਂ। ਇੱਕ ਸਿਰਫ ਤਿੰਨ ਗੱਲਾਂ 'ਤੇ ਆਪਾਂ ਵਿਚਾਰ ਕਰਨਾ ਵੀ ਇਸ ਦੁਨੀਆ 'ਚ ਕਾਹਦੇ ਵਾਸਤੇ ਆਏ ਹਾਂ ਅਤੇ ਕਿੱਥੋਂ ਆਏ ਹਾਂ ਅਤੇ ਇਸ ਤੋਂ ਬਾਅਦ ਆਪਾਂ ਜਾਣਾ ਕਿੱਥੇ ਹੈ। ਇਹ ਨਿੱਕਾ ਜਿਹਾ ਸਫ਼ਰ ਹੈ, 40-50 ਸਾਲ ਦਾ, ਹੈ ਨਾ। ਇਹਦੇ ਵਾਸਤੇ ਉਹ ਬਸ਼ਰ ਸਾਹਿਬ ਨੇ ਇੱਕ ਸ਼ੇਰ ਲਿਖਿਆ ਹੈ ਨਾ ਕਿ ਵੀ ਉਨਕੋ ਕਾਮਯਾਬੀ ਮੇਂ ਸਕੂਨ ਦਿਖਾ ਤੋ ਵੋ ਦੌੜਤੇ ਗਏ, ਹਮੇਂ ਸਕੂਨ ਮੇਂ ਕਾਮਯਾਬੀ ਦਿਖੀ ਤੋ ਹਮ ਠਹਿਰ ਗਏ। ਖਵਾਹਿਸ਼ੋਂ ਕੇ ਬੋਝ ਮੇਂ ਬਸਰ ਤੂੰ ਕਿਆ ਕਰ ਰਿਹਾ ਹੈ, ਇਤਨਾ ਤੋ ਜੀਣਾ ਵੀ ਨਹੀਂ ਜਿਤਨਾ ਤੂੰ ਮਰ ਰਿਹਾ ਹੈ। ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਤੁਸੀਂ ਅੱਜ ਤੱਕ, ਜਦੋਂ ਕਿ ਸਮਾਂ ਬੜਾ ਬਦਲਦਾ ਪਿਆ, ਹਰ ਇੱਕ ਦਿਨ ਕੋਈ ਨਵੀਂ ਚੀਜ਼ ਆ ਰਹੀ ਹੈ, ਪਰ ਤੁਹਾਡੀ ਸੋਚ ਹਮੇਸ਼ਾ ਸੂਫੀ ਮਿਊਜ਼ਿਕ ਨੂੰ ਲੈ ਕੇ ਉਹ ਕਾਇਮ ਰਹੀ ਆ, ਇਹ ਸੋਚ ਬਾਰੇ ਜ਼ਰੂਰ ਕੁਝ ਦੱਸੋ। ਇਹ ਸਾਹਿਲ ਜੀ ਹੈ ਕਿ ਇਹ ਮਾਲਕ ਦੀ ਮਰਜ਼ੀ 'ਤੇ ਡਿਪੈਂਡ ਕਰਦਾ, ਹੈ ਨਾ, ਉਹਦੀ ਕਿਰਪਾ ਹੈ, ਉਹਦੀ ਕਿਰਪਾ ਨਾਲ ਹੀ ਹੋ ਰਿਹਾ। ਇਹ ਦੁਨੀਆ ਵੀ ਮਾਇਆ ਜਾਲ ਇੱਦਾਂ ਦਾ ਹੈ, ਕਿਹੜੇ ਬੰਦੇ 'ਤੇ ਇਹ ਦੁਨੀਆ ਦਾ ਰੰਗ, ਇਹ ਮਾਇਆ ਦਾ ਰੰਗ ਕਦੋਂ ਚੜ ਜੇ, ਕਦੋਂ ਬੰਦਾ ਚੇਂਜ ਹੋ ਜੇ, ਹੈ ਨਾ, ਇਹ ਅਕਾਲ ਪੁਰਖ ਹੀ ਜਾਣਦਾ। ਵਾਹ, ਐਂਡ ਤੁਹਾਡੇ ਦੋਨਾਂ ਦੀ ਜੋੜੀ ਐਕਚੁਅਲ 'ਚ ਕਦੋਂ ਬਣੀ ਸੀਗੀ? ਤੁਸੀਂ ਕੁਝ ਬੋਲਦੇ ਨਹੀਂ, ਮੈਂ ਤੁਹਾਨੂੰ ਭਾਈ ਕੋਲ ਗੱਲ ਪੁੱਛਦੇ ਹਾਂ। ਨਹੀਂ, ਜੋੜੀ ਤਾਂ ਅਸੀਂ ਪਿਛਲੇ 7-8-10 ਸਾਲ ਤੋਂ ਇਕੱਠੇ ਹਾਂ ਜੀ।
ਸਬੱਬ ਇਕੱਠੇ ਹੁੰਦਾ ਕਿਵੇਂ ਬਣਿਆ ਸੀਗਾ ਸਬੱਬ ਕਿ ਹੁਣ ਸਾਡੀ ਹੁਣ ਤੁਹਾਡੀ ਸਾਥ ਜ਼ਿੰਦਗੀ 'ਚ ਅੱਗੇ ਇਹ ਹੋਣੇ ਚਾਹੀਦੇ ਨੇ, ਹੈ ਨਾ, ਕਿ ਜਦੋਂ ਵੀ ਜ਼ਿੰਦਗੀ 'ਚ ਅੱਗੇ ਕੁਛ ਪੇਸ਼ ਕਰੋ, ਕੁਛ ਕਲਾ ਦੇ ਨਾਲ ਆਪਣੀ ਜ਼ਿੰਦਗੀ 'ਚ ਅੱਗੇ ਵਧੋ, ਤਾਂ ਇਹ ਸਾਥ ਕਿਵੇਂ ਮਿਲਿਆ ਸੀਗਾ? ਜੋ ਕੁਛ ਵੀ ਹੁੰਦਾ ਵੈਸੇ ਤਾਂ ਉਹ ਮਾਲਕ ਦੇ ਹੁਕਮ ਨਾਲ ਹੀ ਹੁੰਦਾ, ਹੈ ਨਾ, ਕਹਿੰਦੇ ਆ ਵੀ ਭਾਵੇਂ ਕੋਈ ਵੀ ਹੈ ਉਹ, ਬੇਸ਼ੱਕ ਗੱਲ ਤਾਂ ਵੈਸੇ ਅੰਦਰ ਦੀ ਹੈ, ਪਰ ਨਾਨਕ ਸਤਿਗੁਰੂ ਤਿੰਨਾਂ ਮਿਲਾਇਆ ਜਿਹਨੂੰ ਧੁਰੋਂ ਪਾਇਆ ਸੰਯੋਗ, ਹੈ ਨਾ। ਬੇਸ਼ੱਕ ਉਹ ਅੰਦਰ ਮਾਲਕ ਨਾਲ ਮਿਲਦੇ ਆ, ਉਹ ਵੀ ਸੰਯੋਗ ਨਾਲ, ਜਿਹੜੇ ਬਾਹਰ ਵੀ ਆਪਣੇ ਆਲੇ ਦੁਆਲੇ ਜਿਨ੍ਹਾਂ ਨਾਲ ਆਪਾਂ ਰਹਿੰਦੇ ਹਾਂ ਉਹ ਵੀ ਮਾਲਕ ਦੇ ਸੰਯੋਗ ਨਾਲ ਹੀ ਮਿਲਦੇ ਹਾਂ। ਅਸੀਂ ਸਾਡਾ ਇੱਕ ਕੋਮਨ ਫਰੈਂਡ ਸੀ, ਤਾਂ ਉਹਨਾਂ ਦੇ ਘਰ ਹੀ ਅਸੀਂ ਇੱਕ ਦਿਨ ਮਿਲੇ ਸੀਗੇ ਜੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਵਿਚਾਰ ਤੁਹਾਡੇ ਇੱਕੋ ਜਿਹੇ ਹੁਣ ਤਾਂ ਤੁਸੀਂ ਇਕੱਠੇ ਰਹਿ ਸਕਦੇ ਹੋ, ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਜੀ। ਐਂਡ ਬਾਈ ਜੀ, ਇੱਕ ਚੀਜ਼ ਹੋਰ ਆ ਕਿ ਜ਼ਿੰਦਗੀ 'ਚ ਨਾ ਕੋਈ ਵੀ ਕਲਾਕਾਰ ਅੱਜ ਦੇ ਸਮੇਂ 'ਚ ਹਰ ਕਿਸੇ ਨੂੰ ਭੱਜ ਦੌੜ ਆ ਕਿ ਲਾਈਵ ਸ਼ੋਜ਼ ਦੀ, ਲੋਕਾਂ ਸਾਹਮਣੇ ਪੇਸ਼ ਹੋਣ ਦੀ, ਹੈ ਨਾ। ਮੈਂ ਜਿਵੇਂ ਔਫ ਸਕਰੀਨ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਮੈਨੂੰ ਬੜੀ ਸੋਹਣੀ ਗੱਲ ਕਹੀ, ਮੈਂ ਜ਼ਰੂਰ ਚਾਹੂੰਗਾ ਕਿ ਉਹ ਇੱਕ ਵਾਰ ਦਰਸ਼ਕਾਂ ਤੱਕ ਵੀ ਪਹੁੰਚਾਓ, ਕਿਉਂਕਿ ਐਕਚੁਅਲ 'ਚ ਮੈਨੂੰ ਇਹ ਗੱਲ ਬੜੀ ਸੋਹਣੀ ਲੱਗੀ ਕਿ ਤੁਸੀਂ ਜਿਵੇਂ ਕਿਹਾ ਸੀਗਾ ਕਿ ਮੈਨੂੰ ਸ਼ੋਜ਼ ਦੀ ਭੁੱਖ ਹੈ ਨਹੀਂ, ਮੈਂ ਜ਼ਰੂਰ ਚਾਹੂੰਗਾ ਇੱਕ ਵਾਰ। ਨਹੀਂ, ਮੈਂ ਤਾਂ ਦੇਖੋ ਇੱਕ ਹੁੰਦੀ ਹੈ ਬੰਦੇ ਦੀ ਕਥਨੀ ਅਤੇ ਕਰਨੀ 'ਚ ਫਰਕ ਹੁੰਦਾ। ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਇਹ ਕਹਿੰਦਾ ਵੀ ਬੇਸ਼ੱਕ ਸਾਡੇ ਕੋਈ ਪ੍ਰੋਗਰਾਮ ਨਾ ਕਰਾਵੇ, ਅਸੀਂ ਨਹੀਂ ਕਹਿੰਦੇ ਵੀ ਅਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹਾਂ ਵੀ ਸਾਡੇ ਪ੍ਰੋਗਰਾਮ ਕਰਾਓ। ਅਸੀਂ ਗਾਇਕੀ ਨੂੰ, ਅਸੀਂ ਸੰਗੀਤ ਨੂੰ, ਹੈ ਨਾ, ਕੋਈ ਆਪਦਾ, ਕਈ ਬੰਦੇ ਕਹਿ ਦਿੰਦੇ ਆ ਨਾ ਵੀ ਇਹ ਸਾਡੀ ਰੋਜ਼ੀ ਰੋਟੀ ਹੈ, ਅਸੀਂ ਤਾਂ ਉਹ ਇਬਾਦਤ ਵਾਸਤੇ ਗਾਉਂਦੇ ਹਾਂ, ਰੋਜ਼ੀ ਰੋਟੀ ਵਾਸਤੇ ਅਸੀਂ ਹੋਰ ਕੰਮ ਕਰਦੇ ਹਾਂ, ਇਹ ਇਕੱਲਾ ਸਾਡਾ ਗਾਇਕੀ ਵਾਲਾ ਕੰਮ ਨਹੀਂ ਹੈ, ਅਸੀਂ ਖੇਤੀਬਾੜੀ ਵੀ ਕਰਦੇ ਹਾਂ, ਹੋਰ ਵੀ ਨਿੱਕਾ ਮੋਟਾ ਜੋ ਵੀ ਕੰਮ ਹੁੰਦਾ, ਜਿੱਥੇ ਮਤਲਬ ਮਜ਼ਦੂਰੀ ਟਾਈਪ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਆਪਦਾ ਕੰਮ ਕਰਦੇ ਹਾਂ। ਅਸੀਂ ਫਿਰ ਕਹਿੰਦੇ ਹਾਂ ਵੀ ਸਾਨੂੰ ਕੋਈ ਪ੍ਰੋਗਰਾਮਾਂ ਦੀ ਭੁੱਖ ਨਹੀਂ ਹੈ, ਕੋਈ ਸਾਡੇ ਤੋਂ ਨਾਰਾਜ਼ ਵੀ ਹੁੰਦਾ, ਕਈ ਕਹਿੰਦੇ ਵੀ ਅਸੀਂ ਪ੍ਰੋਗਰਾਮ ਨਹੀਂ ਕਰਾਉਂਦੇ, ਨਹੀਂ ਬੁਲਾਉਂਦੇ, ਸਾਨੂੰ ਕੋਈ ਬੁਲਾਵੇ ਤਾਂ ਵੀ ਵਧੀਆ, ਨਾ ਬੁਲਾਵੇ ਤਾਂ ਵੀ ਵਧੀਆ, ਕੋਈ ਟੈਨਸ਼ਨ ਨਹੀਂ, ਕੋਈ ਚੱਕਰ ਨਹੀਂ। ਵਾਹ, ਕਿਆ ਬਾਤ ਹੈ। ਅੱਜ ਦੀ ਗੀਤਕਾਰੀ ਤੁਹਾਨੂੰ ਕਿਵੇਂ ਲੱਗਦੀ ਕਿ ਅੱਜ ਦੀ ਗੀਤਕਾਰੀ ਕਿਵੇਂ ਆ? ਵਧੀਆ, ਸਭ ਕੁਛ ਵਧੀਆ, ਕਮੀਆਂ ਕੱਢਣੀਆਂ ਨਹੀਂ ਕਿਸੇ 'ਚ ਨਾ। ਕਿਆ ਬਾਤ ਹੈ। ਕਹਿੰਦੇ ਆ ਵੀ ਜਿਹੜਾ ਆਪ ਕਿਸੇ 'ਚ ਕਮੀਆਂ ਕੱਢਦਾ ਉਹਦੇ ਆਪਦੇ ਪੱਲੇ ਵੀ ਕੱਖ ਨਹੀਂ ਹੁੰਦਾ, ਸਾਰੇ ਵਧੀਆ। ਜਿਵੇਂ ਜਿਵੇਂ ਕਿਸੇ ਨੂੰ ਮਾਲਕ ਨੇ ਬੁੱਧੀ ਬਖਸ਼ੀ ਹੈ, ਸੋਚ ਬਖਸ਼ੀ ਹੈ, ਜਾਂ ਜਿਵੇਂ ਜਿਵੇਂ ਕਿਸੇ ਦਾ ਬੁੱਧੀ ਪੱਧਰ ਲੈਵਲ ਹੈਗਾ, ਹੈ ਨਾ, ਤਾਂ ਸਾਰੇ ਵਧੀਆ, ਕੋਈ ਗਲਤ ਨਹੀਂ ਹੈਗਾ। ਆਪਣੀ ਆਪਣੀ ਸਟੇਜ 'ਤੇ ਜੋ ਬੱਚਾ ਕੱਲ੍ਹ ਖਿਲੌਣੇ ਨਾਲ ਖੇਡਦਾ, ਅੱਜ ਉਹ ਕਹਿੰਦਾ ਮੈਂ ਵੱਡਾ ਟਰੈਕਟਰ ਲੈਣਾ, ਵੱਡੀ ਗੱਡੀ ਲੈਣੀ ਹੈ, ਉਹ ਅੱਜ ਉਹ ਵੱਡੇ ਖਿਲੌਣੇ ਨਾਲ ਖੇਡਣ ਲੱਗ ਗਿਆ, ਫਿਰ ਉਹ ਉਸ ਤੋਂ, ਤਾਂ ਕੁਛ ਗਲਤ ਨਹੀਂ, ਸਭ ਠੀਕ ਹੈ ਮਾਲਕ ਦੇ ਹੁਕਮ 'ਚ। ਜੋ ਕਲਾਕਾਰ, ਕਿਉਂਕਿ ਨਾ ਜਿਹੇ ਜਿਹੇ ਤੁਹਾਡੇ ਗਾਣੇ ਨੇ ਨਾ, ਵੈਸੇ ਚਲੋ ਅੱਜ ਦੇ ਕਲਾਕਾਰਾਂ ਦੀ ਗੱਲ ਮੈਂ ਤਾਂ ਕਰਨੀ ਚਾਹ ਰਿਹਾ ਕਿਉਂਕਿ ਮੈਂ ਚਾਹੁੰਦਾ ਹਾਂ, ਮੈਂ ਕਿਹਾ ਯਾਰ ਵੀ ਗੱਲ ਕਰਕੇ ਹੀ ਪਤਾ ਲੱਗਦਾ ਕਿ ਜਿਹੜੇ ਅੱਜ ਦੇ ਕਲਾਕਾਰ ਨੇ, ਜਿਹੜੇ ਵੀ ਅੱਜ ਕੱਲ੍ਹ ਚੱਲ ਰਹੇ ਨੇ, ਜਿਨ੍ਹਾਂ ਦੇ 60-30 ਲੱਖ ਰੁਪਏ ਸ਼ੋਜ਼ ਦੇ ਹੁੰਦੇ ਨੇ, ਉਹ ਕਲਾਕਾਰਾਂ ਦਾ ਗਾਣੇ ਗੁਣੇ ਕਿਵੇਂ ਤੁਹਾਨੂੰ ਲੱਗਦੇ ਨੇ? ਕਿਉਂਕਿ ਸੂਫੀ ਵਾਲੇ ਇਨਸਾਨ ਕੋਲ ਨਾ ਹਮੇਸ਼ਾ ਸੂਫੀਜ਼ਮ ਵਾਲਾ ਟੇਸਟ ਹੁੰਦਾ ਆ, ਤਾਂ ਮੈਂ ਜ਼ਰੂਰ ਚਾਹੂੰ ਕਿ ਉਹ ਇੰਟਰਨਲ ਤੌਰ 'ਤੇ ਐਕਚੁਅਲ 'ਚ ਟੇਸਟ ਕਿਆ ਇਸ ਚੀਜ਼ ਨੂੰ ਮੰਨਦਾ ਆ ਕਿ ਹਾਂ ਇਹ ਵੀ ਗਾਣੇ ਨੇ? ਨਹੀਂ, ਆਪਾਂ ਕਿਸੇ ਨੂੰ ਕਿਉਂ ਮਾੜਾ ਕਹੀਏ ਜੀ, ਆਪਣੇ ਕੋਲ ਰਾਈਟ ਹੈ ਨਹੀਂ, ਹੈ ਨਾ, ਦੁਨੀਆ, ਪੂਰੀ ਦੁਨੀਆ, ਹਰ ਬੰਦੇ ਨੂੰ ਆਪਦਾ ਜੋ ਵੀ ਉਹ ਕਰ ਸਕਦਾ, ਜਿੱਦਾਂ ਉਹਦਾ ਦਿਲ ਕਰਦਾ, ਹਰ ਬੰਦਾ ਆਜ਼ਾਦ ਹੈ, ਉਹਨਾਂ ਨੂੰ ਵੀ ਲੋਕ ਪਸੰਦ ਕਰਦੇ ਆ, ਹੈ ਨਾ, ਅਤੇ ਸੂਫੀ ਨੂੰ ਵੀ ਪਸੰਦ ਕਰਦੇ ਆ, ਜੋ ਜਿਹਨੂੰ ਪਸੰਦ ਕਰਦਾ ਵਧੀਆ। ਬੁਰਾ ਕੋਈ ਹੈ ਨਹੀਂ ਨਾ, ਸਾਰੇ ਸਹੀ ਆ। ਕਬੀਰ ਸਭ 'ਤੇ ਹਮ ਬੁਰੇ ਹਮ ਤਜ ਭਲਾ ਸਭ ਕੋਈ, ਜਿਹਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਈ। ਵਾਹ, ਬਾਤ ਹੈ। ਮੈਂ ਚਾਹੂੰਗਾ ਜ਼ਰੂਰ ਇੱਕ ਕੁਛ ਦੋਵਾਂ ਦਾ ਡਿਊਟ ਹੋ ਜਾਵੇ, ਕਿਉਂਕਿ ਤੁਸੀਂ ਦੋਵੇਂ ਹੋ ਅਤੇ ਕੋਈ ਪੇਸ਼ਕਾਰੀ ਨਾ ਹੋਵੇ ਇੱਦਾਂ, ਤਾਂ ਅਸੀਂ ਹੋਣ ਨਹੀਂ ਦੇਵਾਂਗੇ। ਅਸੀਂ ਸਾਹਿਲ ਜੀ ਜਿਹੜੀ ਯੂਨੀਵਰਸਲ ਟਰੁੱਥ ਹੈ ਉਹਨੂੰ ਹੀ ਗਾਉਂਦੇ ਹਾਂ ਕਿ ਛੱਡ ਜਾਣਾ ਹੈ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ। ਛੱਡ ਜਾਣਾ ਹੈ ਸੰਸਾਰ ਪਤਾ ਨਹੀਂ ਕਿਸ ਵੇਲੇ,
ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ ਛੱਡ ਜਾਣਾ ਹੈ ਸੰਸਾਰ ਪਤਾ ਨਹੀਂ ਕਿਸ ਵੇਲੇ ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ ਰੰਗ ਤਮਾਸ਼ੇ ਮੌਜ ਮਸਤੀਆਂ ਹੋ ਬੈਠੇ ਅਲਬੇਲਾ ਇੱਥੇ ਕੰਗਲਾ ਭਾਵੇਂ ਰਾਣਾ ਨਾਲ ਨੀ ਜਾਣਾ ਤੇਲਾ ਇੱਥੇ ਕੰਗਲਾ ਭਾਵੇਂ ਰਾਣਾ ਨਾਲ ਨੀ ਜਾਣਾ ਤੇਲਾ ਪੈ ਜਾਣੀ ਚੰਦਰੀ ਮਾਰ ਪਤਾ ਨਹੀਂ ਕਿਸ ਵੇਲੇ ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ ਤੁਹਾਨੂੰ ਕਦੀ ਕਦੀ ਏਦਾਂ ਲੱਗਦਾ ਹੈ ਆਪਣੇ ਆਪ ਨੂੰ ਕਿ ਜਿਹੇ ਜਿਹਾ ਦੌਰ ਪਹਿਲਾਂ ਸੀਗਾ ਨਾ ਉਹ ਬੜਾ ਗੋਲਡਨ ਟਾਈਮ ਸੀਗਾ ਜਿਹੜਾ ਤੁਸੀਂ ਅੱਜ ਜਿਉਂ ਰਹੇ ਹੋ ਕਿਉਂਕਿ ਸੋਚ ਨੂੰ ਕਾਇਮ ਰੱਖਣਾ ਅਤੇ ਉਹਦੇ ਹਿਸਾਬ ਨਾਲ ਚੱਲਣਾ ਕਿਉਂਕਿ ਸਾਡੇ ਦਾਦੇ ਪੜਦਾਦੇ ਸੂਫੀਜ਼ਮ ਨੂੰ ਅੱਜ ਦੇ ਕੁਛ ਨੌਜਵਾਨ ਵੀ ਬੜਾ ਪਸੰਦ ਕਰਦੇ ਸੀਗੇ ਤੁਹਾਨੂੰ ਲੱਗਦਾ ਹੀ ਕਿਤੇ ਨਾ ਕਿਤੇ ਉਹ ਗੋਲਡਨ ਟਾਈਮ ਤੁਸੀਂ ਵਾਪਸ ਲਿਆਉਣ ਦੀ ਲਿਆ ਰਹੇ ਹੋ ਲਿਆਇਆ ਹੋਇਆ ਤੁਸੀਂ ਇਹ ਸਾਹਿਲ ਜੀ ਪਤਾ ਕੀ ਹੈ ਜਦੋਂ ਬੰਦੇ ਨੂੰ ਕੋਈ ਸੱਟ ਲੱਗਦੀ ਹੈ ਨਾ ਲਾਈਫ 'ਚ ਅਤੇ ਜਦੋਂ ਕੋਈ ਉੱਤੇ ਚੜ੍ਹਦਾ ਚੜ੍ਹਦਾ ਬੰਦਾ ਥੱਲੇ ਆਉਂਦਾ ਫਿਰ ਇਹ ਚੀਜ਼ਾਂ ਚੰਗੀ ਲੱਗਣ ਲੱਗਦੀਆਂ ਨਹੀਂ ਤਾਂ ਬੰਦਾ ਪਤਾ ਕੀ ਕਹਿੰਦਾ ਵੀ ਖਾਓ ਪੀਓ ਐਸ਼ ਕਰੋ ਅੱਗੇ ਕਿਹਨੇ ਦੇਖਿਆ ਹੈ ਨਾ ਇਹ ਦੁਨੀਆ ਹੈ ਰੰਗੀਲੀ ਦੁਨੀਆ ਹੈ ਇਹਨੂੰ ਆਪਦਾ ਆਨੰਦ ਮਾਣੋ ਅਤੇ ਇਸ ਰਸਤੇ 'ਤੇ ਇਸ ਗਾਇਕੀ ਵੱਲ ਹੈ ਨਾ ਇਸ ਤਰ੍ਹਾਂ ਦੇ ਸੁਣਨ ਵਾਲੇ ਕੰਨ ਉਹ ਮਾਲਕ ਦੀ ਕਿਰਪਾ ਨਾਲ ਹੀ ਹੁੰਦਾ ਉਹਦੀ ਕਿਰਪਾ ਬਿਨਾਂ ਨਹੀਂ ਕੁਝ ਹੁੰਦਾ ਲੋਕਾਂ ਦਾ ਪਿਆਰ ਬਖੂਬ ਮਿਲਦਾ ਭਾਈ ਜੀ ਤੁਹਾਨੂੰ ਕਿ ਮਤਲਬ ਕਿ ਮੈਨੂੰ ਲੱਗਦਾ ਕਿ ਹਰ ਇੱਕ ਕਲਾਕਾਰ ਲਈ ਨਾ ਇੱਕ ਦਿਲ ਦੀ ਚੀਜ਼ ਉਹਦੀ ਆਡੀਅੰਸ ਹੁੰਦੀ ਆ ਜਨਤਾ ਹੁੰਦੀ ਆ ਤਾਂ ਲੋਕਾਂ ਦਾ ਬਖੂਬੀ ਪਿਆਰ ਮਿਲਦਾ ਆ ਲੋਕ ਬਹੁਤ ਪਿਆਰ ਕਰਦੇ ਆ ਅਤੇ ਵੈਸੇ ਅਸੀਂ ਆਪਣੇ ਆਪ ਨੂੰ ਕਲਾਕਾਰ ਸਮਝਦੇ ਨਹੀਂ ਅਸੀਂ ਤਾਂ ਆਉਂਦੇ ਹਾਂ ਔਰ ਸਭ ਦੇ ਵਰਗੇ ਹਾਂ ਅਤੇ ਕਿਸੇ ਦੇ ਭਰਾ ਕਿਸੇ ਦੇ ਚਾਚਿਆਂ ਕਿਤੇ ਤਾਏਆਂ ਕਿਤੇ ਭਤੀਜਿਆਂ ਕਿਤੇ ਬੱਚੇ ਹੈ ਨਾ ਤਾਂ ਲੋਕ ਸਾਰੇ ਬਹੁਤ ਪਿਆਰ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਥੈਂਕ ਯੂ ਜੀ ਤੁਹਾਡਾ ਵੀ ਅਤੇ ਨਿਊਜ਼ 18 ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸ਼ਮਸ਼ੇਰ ਜੀ ਵੱਲੋਂ ਸਭ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ